कबीर अल्लाह की कर बंदगी। अल्लाह की कर बंदगी 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 कबीर अल्लाह की कर बंदगी। अल्लाह की कर बंदगी जय सिमरत दुख जा जय सिमरत दुख जा अल्लाह की कर बंदगी 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 कबीर अल्लाह की कर बंदगी। जय सिमरत दुख जा जय सिमरत दुख जा दिल में साई प्रगट दिल में ऐसा दिल में साई प्रकट दिल में साई प्रकट बुझे बलंती ना बुझे बलंती ना अल्लाह की कर बंदगी 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 बंदगी
कबीर अलौकिक कर बंदगी जे सिमरत दुख जाए जे सिमरत दुख जाए अलौकिक कर बंदगी अलौकिक कर बंदगी कबीर अलौकिक कर बंदगी जे सिमरत दुख जाए दिल में साईं प्रगटे दिल में साईं प्रगटे कर बंदे तू बंदगी कर बंदे तू बंदगी जिचुर घट में सा तेरी पने खुदा तू बख्शंदगी शेख फरीद खैर दीजे बंदगी बंदे बंदगी की प्यार बंदे बंदगी की प्यार कर बंदे तू बंदगी दिल में साईं प्रगटे लो मसला तैयार है पिछले दो वीकां तो एक मुख रूप विच सब्जेक्ट चल रहा है ते आज दे दिन भी उसे सब्जेक्ट दा हिस्सा है ते फाइनल फैसला है वो है दिल में साईं प्रगटे दा बंदगी दी लोड़ क्यों है बंदगी की है पहले एक वीक छाड़ के इस तो पहले वीक विच बाबा कबीर जी दा श्लोक सी मुल्ला मुनारे क्या चढ़े उत्थे भी दिल दा मसला सी मुल्ला मुनारे क्या चढ़े साईं ना बहरा होए जै कारण तू बांग दे दिल ही भीतर जोए वो तो तेरे दिल विच बैठा है दिल विच बैठा दिल हुंदा घर है ये मसला सी दिल में खोज दिलो दिल खोजो यही ठौर मुकामा ये मसला सी ये हुंदा ठिकाना है ये हुंदा घर है मैं अगे वधां पिछले हफ्ते उस तो अगला मसला आ गया सी जे वो दिल विच वसदा है तो उनका घर साबित रख जी उनका ठोर मुकामा ये है तो ये भी याद रख कि जिन्ना दा
ਦਿਲ ਰੂਪ ਘਰ ਸਾਬਤ ਨਹੀਂ ਜਾਂ ਕਿ ਦਿਲ ਸਾਬਤ ਨਹੀਂ ਪਿਛਲੀ ਵਾਲੇ ਸੀ ਉੱਥੇ ਵੀ ਦਿਲ ਦਾ ਮਸਲਾ ਸੀ ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ ਉਹ ਸਾਈਂ ਅੰਦਰ ਕਿਵੇਂ ਦੱਸੇ ਕਿਉਂਕਿ ਦਿਲ ਤਾਂ ਸਾਬਤ ਨਹੀਂ ਟੁੱਟਿਆ ਭੱਜਿਆ ਘਰ ਹੈ ਅਤੇ ਟੁੱਟੇ ਭੱਜੇ ਘਰ ਵਿੱਚ ਅਸੀਂ ਨਹੀਂ ਰਹਿੰਦੇ ਜਿੰਦੀਆਂ ਬਾਰੀਆਂ ਦਰਵਾਜ਼ੇ ਹੀ ਨਾ ਹੋਣ ਤਾਲ ਲੋਕ ਤਾਲਾ ਲੋਕ ਵੀ ਨਾ ਹੋਵੇ ਪਿਛਲੀ ਵਾਰ ਇਹ ਲਫ਼ਜ਼ ਸੀ ਕਿ ਘਰ ਦਾ ਸਾਬਤ ਹੋਣਾ ਅਖੀਰ 'ਤੇ ਕੰਪਲੀਟ ਹੋਣਾ ਆ ਕੇ ਉਦੋਂ ਹੁੰਦਾ ਕਿਸੇ ਬਿਲਡਰ ਕੋਲ ਪੁੱਛੋ ਜਦੋਂ ਤਾਲੇ ਲਾ ਕੇ ਚਾਬੀ ਮਾਲਕ ਨੂੰ ਸੌਂਪਦਾ ਹੈ ਜਿਹਨੇ ਵਸਣਾ ਹੈ ਜਿੰਨੀ ਦੇਰ ਦਰਵਾਜ਼ੇ ਤਾਲੇ ਨਾ ਲੱਗਣ ਓਨੀ ਦੇਰ ਘਰ ਦਾ ਮਾਲਕ ਕਿਵੇਂ ਵਸੇ ਪਤਾ ਨਹੀਂ ਕਿੰਨੇ ਕਿਸੇ ਵਕਤ ਆ ਜਾਣਾ ਬਿਨਾਂ ਪੁੱਛੇ ਹੀ ਅੰਦਰ ਆ ਵੜੇ ਤਾਲਾ ਹੋਵੇ ਕੋਈ ਨਾ ਲੋਕ ਹੋਵੇ ਕੋਈ ਨਾ ਪਿਛਲੀ ਵਾਰ ਅਤੇ ਦਿਲ ਸਾਬਤ ਨਾ ਹੋਵੇ ਇਹਦਾ ਲੋਕ ਜਿਹੜਾ ਜੇ ਰੱਬ ਨੇ ਅੰਦਰ ਵਸਣਾ ਹੈ ਇਹੀ ਠੌਰ ਮੁਕਾਮਾ ਉਹਦਾ ਘਰ ਹੈ ਤਾਂ ਫਿਰ ਇਹਦਾ ਵੀ ਤਾਲਾ ਹੋਣਾ ਚਾਹੀਦਾ ਹੈ ਇਹ ਥੋੜ੍ਹਾ ਵੀ ਜਿਹੜਾ ਮਹਾਂਕਾਲ ਵੀ ਅੰਦਰ ਆ ਵੜੇ ਕਾਲਕਾ ਵੀ ਅੰਦਰ ਆ ਵੜੇ ਭਗੌਤੀ ਵੀ ਅੰਦਰ ਆ ਵੜੇ ਕੋਈ ਪੁੱਛੋ ਹੀ ਨਾ ਹੈ ਇਸ ਲਈ ਇਹਦਾ ਵੀ ਤਾਲਾ ਚਾਹੀਦਾ ਚਾਬੀ ਇੱਕ ਅੱਲਾ ਦੇ ਇੱਕ ਰੱਬ ਦੇ ਹੱਥ ਵਿੱਚ ਹੋਣੀ ਚਾਹੀਦੀ ਉਹਨੇ ਵਸਣਾ ਅਤੇ ਮੈਂ ਅਰਜ਼ ਕੀਤੀ ਸੀ ਬਿਲਡਰ ਜਦੋਂ ਘਰ ਬਣਾ ਕੇ ਤਾਲੇ ਲਾ ਕੇ ਚਾਬੀ ਮਾਲਕ ਨੂੰ ਸੌਂਪਦਾ ਜਿਹਨੇ ਵਸਣਾ ਹੈ ਜੇ ਤੂੰ ਦਿਲ ਵਿੱਚ ਰੱਬ ਨੂੰ ਵਸਦਾ ਮੰਨਣਾ ਹੈ ਤਾਂ ਇਹਨੂੰ ਤਾਲਾ ਲਾ ਕੇ ਚਾਬੀ ਰੱਬ ਨੂੰ ਸੌਂਪ ਦੇ ਕਿ ਅੱਲੋ ਭਾਵੇ ਸੋ ਭਲਾ ਲੈ ਜਿਹਨੂੰ ਤੇਰੀ ਮਰਜ਼ੀ ਹੋਵੇ ਉਹਨੂੰ ਅੰਦਰ ਵੜਨ ਦੀ ਜਿਹਦੇ ਨਾਮ ਪਿਛਲੀ ਵਾਰ ਇਹ ਮਸਲਾ ਸੀ ਕਿ ਰੱਬ ਦਿਲ ਵਿੱਚ ਵਸਦਾ ਹੈ ਇਹਨੂੰ ਸਾਬਤ ਰੱਖ ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਾਂ ਖੁਦਾ ਹੈ ਪਿਛਲੀ ਵਾਰ ਹੁਣ ਮੈਂ ਅੱਗੇ ਤੁਰਾਂ ਅੱਜ ਦੇ ਸਲੋਕ ਵਿੱਚ ਹੈ ਜੇ ਰੱਬ ਅੰਦਰ ਵਸਦਾ ਹੈ ਦਿਲ ਵਿੱਚ ਵਸਦਾ ਹੈ ਤਾਂ ਦਿਸਦਾ ਕਿਉਂ ਨਹੀਂ ਬਹੁਤ ਹੀ ਨਾਸਤਿਕਤਾ ਤਾਂ ਇਸੇ ਗੱਲ 'ਤੇ ਨਿਰਭਰ ਹੈ ਨਾ ਉਹ ਕਹਿੰਦੇ ਨਾ ਰੱਬ ਦਿਸਦਾ ਹੀ ਨਹੀਂ ਰੱਬ ਹੋਣਾ ਹੀ ਨਹੀਂ ਜੇ ਹੁੰਦਾ ਤਾਂ ਦਿਸਦਾ ਗੁਰੂ ਨੇ ਵੀ ਬਾਣੀ ਵਿੱਚ ਵਿਅੰਗ ਕੀਤਾ ਕਹਿਣ ਲੱਗੇ ਨਦਰੀ ਆਵੇ ਤੇ ਸਿਓ ਮੋਹ ਮੈਂ ਤਾਂ ਉਹਦੇ ਨਾਲ ਮੋਹ ਕਰਨਾ ਉਹਦੇ ਨਾਲ ਮੇਰਾ ਲਗਾਵਾ ਜਿਹੜਾ ਮੈਨੂੰ ਦਿਸਦਾ ਰੱਬ ਦਿਸਦਾ ਨਹੀਂ ਮੈਂ ਤੇਰੇ ਨਾਲ ਕਿਵੇਂ ਮਿਲਾਂ ਗੁਰਬਾਣੀ ਹੈ ਮੈਂ ਹੈਰਾਨ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਗੱਲ ਦਾ ਜਵਾਬ ਹੈ ਕਹਿਣ ਲੱਗੇ ਨਦਰੀ ਆਵੇ ਤੇ ਸਿਓਮੋ ਕਿਉਂ ਮਿਲੀਏ ਪ੍ਰਭ ਅਵਨਾਸੀ ਤੋਏ ਤੈਨੂੰ ਕਿਵੇਂ ਮਿਲਾਂ ਕਿਉਂਕਿ ਤੂੰ ਦਿਸਦਾ ਨਹੀਂ ਤੂੰ ਦਿਸਦਾ ਨਹੀਂ ਪਰ ਗੁਰੂ ਨੇ ਜਵਾਬ ਦਿੱਤਾ ਕਹਿਣ ਲੱਗੇ ਅੱਲੋ ਗੈਬ ਸਗਲ ਘੱਟ ਭੀਤਰ ਹਿਰਦੇ ਲਿਓ ਵਿਚਾਰੀ ਰੱਬ ਗੈਬ ਗੈਬ ਦਾ ਮਤਲਬ ਛੁਪਿਆ ਹੋਇਆ ਜਦੋਂ ਕੋਈ ਚੀਜ਼ ਸਾਡੇ ਸਾਹਮਣੇ ਗਾਇਬ ਹੋ ਜਾਏ ਛੁੱਪ ਜਾਏ ਅਸੀਂ ਕਹਿੰਦੇ ਹਾਂ ਫਲਾਣਾ ਗਾਇਬ ਹੋ ਗਿਆ ਅਤੇ ਗੁਰੂ ਕਹਿੰਦੇ ਨੇ ਦਿਲ ਵਿੱਚ ਹੈ ਪਰ ਸਾਨੂੰ ਦਿਸਦਾ ਇਸ ਲਈ ਨਹੀਂ ਕਿਉਂਕਿ ਅੱਲੋ ਗਾਇਬ ਸਗਲ ਘੱਟ ਭੀਤਰ ਰਹਿੰਦਾ ਸਾਰਿਆਂ ਦੇ ਵਿੱਚ ਹੈ ਪਰ ਗਾਇਬ ਅੱਲੋ ਗਾਇਬ ਸਗਲ ਘੱਟ ਭੀਤਰ ਹਿਰਦੇ ਲਿਓ ਵਿਚਾਰੀ ਉਹਦੀ ਵਿਚਾਰ ਦੀ ਲੋੜ ਹੈ ਉਹ ਗਾਇਬ ਹੈ ਹੁਣ ਮਸਲਾ ਇਹ ਪ੍ਰਗਟ ਨਾ ਹੋਣ ਕਰਕੇ ਗਾਇਬ ਹੋਣ ਕਰਕੇ ਸਾਨੂੰ ਇਹ ਨਾਸਤਿਕਤਾ ਦਾ ਮੂੰਹ ਦੇਖਣਾ ਪੈਂਦਾ ਹੈ ਉਹ ਲੋਕ ਵੀ ਨੇ ਜਿਹੜੇ ਆਖਦੇ ਨੇ ਰੱਬ ਕੋਈ ਹੈ ਹੀ ਨਹੀਂ ਇਸ ਲਈ ਹੁਣ ਅੱਜ ਮਸਲਾ ਇਹ ਆਇਆ ਹੈ ਵੀ ਜੇ ਹੈ ਅੰਦਰ ਤਾਂ ਉਹਨੂੰ ਪ੍ਰਗਟ ਕਰ ਉਹਦਾ ਅਹਿਸਾਸ ਹੋਵੇ ਕਿ ਰੱਬ ਅੰਦਰ ਹੈ ਲਓ ਅੱਜ ਦਾ ਮਸਲਾ ਹੈ ਦਿਲ ਮੈਂ ਸਾਈਂ ਪ੍ਰਗਟ ਹੈ ਦਿਲ ਸਾਬਤ ਹੈ
ਦਿਲ ਵਿੱਚ ਰਹਿੰਦਾ ਮੁਨਾਰੇ ਨਾ ਚੜ੍ਹਾਂ ਭੋਰਿਆਂ ਵਿੱਚ ਨਾ ਜਾਵਾਂ ਦਿਲ ਵੱਲ ਦੇਖਾਂ ਪਰ ਮਸਲਾ ਇਹ ਪ੍ਰਗਟ ਹੋਵੇ ਅਹਿਸਾਸ ਹੋਵੇ ਕਿ ਅੰਦਰ ਹੈ ਕਹਿਣ ਲੱਗੇ ਕਿਵੇਂ ਦਿਲ ਮੈਂ ਸਾਈਂ ਕਿਵੇਂ ਪ੍ਰਗਟੇ ਲਓ ਇੱਥੋਂ ਮਸਲਾ ਪੈਦਾ ਹੋਇਆ ਕਿ ਅੱਲਾਹ ਕੀ ਕਰ ਬੰਦਗੀ ਬੰਦਗੀ ਦੀ ਲੋੜ ਇਸ ਲਈ ਪਈ ਇਸ ਲਈ ਦੋ ਲਾਈਨਾਂ ਵਿੱਚ ਇੱਕ ਫੈਸਲਾ ਦੇ ਦਿੱਤਾ ਬਾਬਾ ਕਬੀਰ ਜੀ ਨੇ ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਦੁੱਖ ਜਾਏ ਦਿਲ ਮੈਂ ਸਾਈਂ ਪ੍ਰਗਟੈ ਉਹ ਮਾਲਕ ਜਿਹੜਾ ਅੰਦਰ ਹੈ ਪਰ ਗਾਇਬ ਹੈ ਉਹ ਪ੍ਰਗਟ ਹੋ ਜਾਏ ਤਾਂ ਕਿ ਮੇਰੇ ਅੰਦਰ ਦੀ ਜਿਹੜੀ ਉਹ ਵਿਛੋੜੇ ਦੀ ਤਪਤ ਹੈ ਉਹ ਬੁੱਝ ਜਾਏ ਬੁਝੇ ਬੇਨਤੀ ਨਾ ਉਹ ਵੀ ਤਾਂ ਅੱਗ ਹੈ ਵਿਛੋੜਾ ਇੱਕ ਅਗਣੀ ਗੁਰੂ ਨੇ ਆਖਿਆ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਈ ਐਸੀ ਬੇਦ ਨੂੰ ਪੁੱਜ ਖਰੀ ਪਈ ਵਾਕਾ ਔਖਦ ਨਹੀਂ ਕਹਿੰਦੇ ਨੇ ਉਹ ਅੱਗ ਬੁੱਝ ਜਾਏ ਤੂੰ ਮਿਲ ਪਏ ਤੂੰ ਪ੍ਰਗਟ ਹੋ ਜਾਏ ਕਹਿਣ ਲੱਗੇ ਉਹਦਾ ਤਰੀਕਾ ਇੱਕੋ ਹੈ ਅੱਲਾਹ ਕੀ ਕਰ ਬੰਦਗੀ ਲਓ ਇੱਥੇ ਹੁਣ ਆਪਾਂ ਅੱਜ ਦਾ ਮਸਲਾ ਜਿਹੜਾ ਹੱਲ ਕਰਨਾ ਹੈ ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਆਖੀ ਕਰ ਬੰਦਗੀ ਅੱਲਾਹ ਕੀ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੰਦਗੀ ਕਿਵੇਂ ਕਰਾਂ ਅੱਜ ਅਸੀਂ ਇਹ ਸਮਝਣਾ ਬੰਦਗੀ ਕਿਵੇਂ ਕਰਾਂ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਆਖ ਕੇ ਰਾਮ ਰਾਮ ਆਖ ਕੇ ਅੱਲਾ ਅੱਲਾ ਆਖ ਕੇ ਗੁਰੂ ਕਹਿੰਦੇ ਨੇ ਬਿਲਕੁਲ ਨਹੀਂ ਕਬੀਰ ਜੀ ਆਖ ਰਹੇ ਨੇ ਕਹਿੰਦੇ ਨੇ ਕਬੀਰ ਰਾਮ ਰਾਮ ਸਭ ਕੋ ਕਹੇ ਕਹੇ ਆਰਾਮ ਨਾ ਹੋਏ ਜੇ ਉਹ ਦਿਲ ਵਿੱਚ ਮਨ ਵਿੱਚ ਵਸਦਾ ਹੈ ਤਨ ਮੈਂ ਮਨ ਮਨੂਆ ਮਨ ਮੈਂ ਸਾਚਾ ਜੇ ਉਹ ਮਨ ਵਿੱਚ ਵਸਦਾ ਹੈ ਤੇ ਭਗਤੀ ਬੰਦਗੀ ਵੀ ਤਾਂ ਮਨ ਦੇ ਵਿੱਚ ਪਹੁੰਚਣੀ ਚਾਹੀਦੀ ਇਸ ਲਈ ਰਾਮ ਰਾਮ ਸਭ ਕੋ ਕਹੇ ਕਹੇ ਆਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨ ਵਸੈ ਮੁੱਖੋਂ ਹਰ ਹਰ ਸਭ ਕੋ ਕਹੇ ਰਸਨਾ ਰਾਮ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਭਵੈ ਮੁੱਖੋਂ ਹਰ ਹਰ ਸਭ ਕੋ ਕਹੇ ਵਿਰਲੇ ਹਿਰਦੇ ਵਸਾਇਆ ਕਿਉਂਕਿ ਜਿੱਥੇ ਉਹ ਵਸਦਾ ਉੱਥੋਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਪਹਿਲੀ ਚੀਜ਼ ਕਿ ਉਹ ਮੂੰਹ ਨਾਲ ਨਹੀਂ ਉਸ ਦਿਲ ਨਾਲ ਉਸ ਮਨ ਨਾਲ ਜਿੱਥੇ ਉਹ ਵਸਦਾ ਹੈ ਕਿਉਂਕਿ ਆ ਇੱਕ ਲਫ਼ਜ਼ ਜਿਹੜੇ ਨਾ ਉਹ ਸਾਡੇ ਸਾਹਮਣੇ ਇੱਕ ਹੋਰ ਦਰਵਾਜ਼ਾ ਖੋਲ੍ਹਦੇ ਨੇ ਉਹ ਹੈ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ ਜਿੰਨੀ ਦੇਰ ਸਵਾਸ ਹੈ ਉਨੀ ਦੇਰ ਬੰਦਗੀ ਕਰਦਾ ਰਹੋ ਤੂੰ ਹੁਣ ਮੂੰਹ ਨਾਲ ਕਿੰਨੀ ਕੁ ਦੇਰ ਬੰਦਗੀ ਕਰੇਗਾ ਸਵਾਸ ਸਵਾਸ ਕੋਈ ਕੰਮ ਨਹੀਂ ਕਰੇਗਾ ਕਿਸੇ ਨਾਲ ਗੱਲ ਨਹੀਂ ਕਰੇਗਾ ਮੂੰਹ ਨਾਲ ਤਾਂ ਬੰਦਗੀ ਇੰਨੀ ਦੇਰ ਹੋ ਹੀ ਨਹੀਂ ਸਕਦੀ ਇਸ ਲਈ ਰੱਬ ਦਾ ਗੁਰੂ ਦਾ ਸੰਬੰਧ ਵੀ ਸਾਡਾ ਦੂਰ ਦੂਰ ਹੋ ਗਿਆ ਕਿਉਂਕਿ ਹਰ ਵਕਤ ਹੋ ਹੀ ਨਹੀਂ ਸਕਦਾ ਹੁਣ ਦੇਖਣਾ ਹੈ ਹਰ ਵਕਤ ਕਿ ਗੁਰੂ ਗਲਤ ਵੀ ਨਹੀਂ ਕਹਿੰਦਾ ਉਹ ਕਹਿੰਦੇ ਜਿੱਚਰ ਘੱਟ ਮੈਂ ਸਾਹ ਦਿਨ ਵੀ ਗਾਵੋ ਰਹਿਣੀ ਗਾਵੋ ਗਾਵੋ ਸਾਹ ਸਾਹਸ ਰਸਨਾਰੀ ਸਵਾਸ ਸਵਾਸ ਨਾਲ ਉਹਦੇ ਨਾਲ ਸੰਬੰਧ ਜੁੜਿਆ ਕਿਵੇਂ ਜੁੜੇ ਗ੍ਰਿਸ਼ਤੀ ਨੂੰ ਬੜਾ ਉਹ ਗ੍ਰਿਸ਼ਤੀ ਨੇ ਇਸੇ ਲਈ ਬੜੇ ਹੋਰ ਤਰੀਕੇ ਕੱਢ ਲਏ ਮੈਂ ਤਾਂ ਕਈ ਵਾਰ ਐਗਜ਼ਾਮਪਲ ਦਿੰਦਾ ਅੱਗੇ ਸਵੇਰੇ ਸ਼ਾਮ ਉੱਠ ਕੇ ਬੱਚੇ ਮਾਂ ਪਿਓ ਨੂੰ ਮੱਥਾ ਟੇਕਦੇ ਸਨ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਹਾਜ਼ਰੀ ਭਰ ਕੇ ਦਸ ਨਾਲ ਬੀਤੀ ਪਰਿਵਾਰ ਸਵੇਰੇ ਉੱਠਦਿਆਂ ਵੀ ਪਹਿਲਾਂ ਮੱਥਾ ਟੇਕਣਾ ਬਜ਼ੁਰਗ ਹਰ ਰੋਜ਼
तो हुण बड़ियां मुश्किलां बन गईयां क्योंकि विहार ने सिखने इत्थों तक मनुख ने इस तक बच्चे ने करता भी ठीक है एक दिन साल विच निश्चित कर लो ये फादर डे है ये मदर डे है। हुण साल बाद मत्था टेकन दूर नेड़े होण तां की करन देश विदेशां च रहिंदे उह वी साल बाद वी कई वारी मत्था टेकन नहीं आ सकदे बदल गया ना सब मत्था भी हुई है नियम भी हुई पर ये वध क्यों गई दूरी क्योंकि संसार दे हालात ऐसे पैदा हो गए गुरु नाल भी साढ़े संबंध हो गए हुण गावा सास सास रसनारी दी गल चली गई चलो मंथली गुरुद्वारे जावांगे गुरु नूं मत्था टेकावांगे फिर होर जल्दी चलो करांगे तो वीकली जावांगे संडे नूं गुरुद्वारे जाएगा साडा नक्श बनदा हुण सास सास रसनारी वाली गल जिचर घट में सौ वाली शर्त किवें पूरी करिए किवें करिए लो इत्थे गुरु ने सारे तरीके दसे ने कोई औख नहीं जीवन अंदर कोई मुश्किल नहीं क्योंकि मुश्किलों के हालत गुरु करता है गुरु कहिंदे ने जे तेरे को स्वास स्वास कर बंदे तू बंदगी जिचर घट में साओ है मुश्किल है तो मैं तेन तरीका दसना वो है नानक करमी बंदगी गुरबाणी पढ़ो उत्थे करनी नहीं करमी लफ्ज है कर्मा विच अपन जी अपनी जीवन शैली विच रब चेते हमेशा रवे जो तू करें करा मैं स्वामी सब मसलत प्रवान हमेशा उनके हुक्म विच रहना यह बंदगी है नानक कर्मी बंदगी अपने कर्मा नाल बंदगी कर ओ काम कर जिंदे ते मेरा प्रभु अलो भावे सो भला अजय गुरु नानक ने काजी मुलाणिया ने जवाब दिता ना भाई गुरदास जी ने जिन्हें जरा लिखे वह बिल्कुल सकारत है वह कहते ने पुछन खोल किताब नू वड्डा हिंदू के मुसलमान होई ते बाबा जवाब की दिंदा है कहिंदा है बाबा आखे हाजियां शुभ अमलां बाजों दोनों रोई उत्थे तो शुभ अमलों की लोड़ है बंदगी तो अमल है बंदगी तो कर्म ने तेरी तेरे कर्म तेरी जिंदगी दी जीवन शैली बंदगी बन जा तू उन्हूं कदी भुलाए ना जे बोलन लगे तो तेनू रब याद आवे क्योंकि वह सच है मैं सच बोलना है जदों कमाई करन लगे जदों खाण लगे उदों तेनू रब याद आवे उन्हें आख्या है हक पराया नानका उस सूर उस गाए ये बंदगी है जदों तेरे कर्मां विच रब टिक जाएगा रब दी प्रभु दी याद टिक जाएगी तो उदों तेरा हर स्वास जिहड़ा बंदगी बन जाएगा क्योंकि हर कर्म वेले तू स्वास तां लै ही रहा नानक कर्मी बंदगी बंदगी ए है दिल नाल हुंदी ए जिहड़ा हर वक्त दिल विच याद रहे गुरु ने बाणी अंदर एक लफज वरते ने कहिंदे ने सबे वक्त सबे कर वेला है हर वक्त हर वेले ये नहीं कि इन्ने बजे उठ के भगती करेगा या घंटा करेगा या दो घंटे करेगा साढ़े तो कुछ लोगों ने भरम पा दिते कि इन्ने बजे उठ के भगती करो तो आ फल मिलता जे घंटा लेट हो जाओ आ मिलता जे घंटा हुण श्री गुरु ग्रंथ साहिब की बाणी पढ़ो वो कहिंदे ने सबे वक्त जे वेला वक्त विचारीए तां कित वेला भगत होए सबे वक्त सबे कर वेला की कर अल्लाह रब नू प्रभु नू खालिक खालिक दिले में मौला
अपने दिल विच मौला नूं रब नूं याद रख। बस बंदगी है। हुण मसला अगे जाके ए वी गुरबाणी अंदर आ गया कि जे दिल नाल भगती करनी है तां ओह प्रवान है, चलो मन लो। कहन लगे फिर भी अगे एक होर गल सोचण वाली है, जो दिल में कपट नमाज गुजारे, नमाज नूं भगती आखणगे ना, जिहड़े नमाज पढ़न वाले ने ਉਹ ਨਮਾਜ਼ ਨੂੰ ਹੀ ਬੰਦਗੀ ਆਖਦੇ ਨੇ ਨਾ। ਨਮਾਜ਼ ਦਾ ਮਤਲਬ ਅਸੀਂ ਭਗਤੀ ਕਹਿੰਦੇ ਹਾਂ, ਕਿਉਂ? ਗੁਰੂ ਨੇ ਹਰ ਗੱਲ ਨੂੰ ਨਖੇੜ ਕੇ ਆਖਿਆ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਉਹ ਕਲਮਾ ਪੜ੍ਹਨ ਵਾਲੇ ਆ, ਨਮਾਜ਼ ਪੜ੍ਹਨ ਵਾਲੇ ਆ, ਰੱਬ ਨੂੰ ਅੱਲਾ ਨੂੰ ਯਾਦ ਕਰਨ ਵਾਲੇ ਆ। ਕਰਨੀ ਨੂੰ ਕਲਮਾ ਬਣਾ ਤਾਂ ਮੁਸਲਮਾਨ ਬਣੇਗਾ, ਗੁਰਬਾਣੀ ਹੈ। ਗੁਰੂ ਕਹਿੰਦੇ ਨੇ ਕਰਨੀ ਕਲਮਾ ਆ ਕੇ, ਜਿੱਥੇ ਲਫਜ਼ ਨੇ ਨਾ ਪੰਜ ਨਿਵਾਜ਼ਾਂ ਸਮਝਾਉਣ ਦੇ, ਪੰਜ ਨਿਵਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਉੱਥੇ ਅਗਲੀ ਲਾਈਨ ਹੈ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਕਰਨੀ ਨੂੰ ਕਲਮਾ ਬਣਾਉਣਾ ਹੈ, ਕਰਨੀ ਨੂੰ ਬੰਦਗੀ ਬਣਾਉਣਾ ਹੈ। ਨਾਨਕ ਕਰਮੀ ਬੰਦਗੀ। ਤੇ ਇਹੋ ਗੱਲ ਬਾਬੇ ਨੇ ਆਖੀ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾ ਢੋਏ। ਉਹ ਭਲਿਆ ਸਵਾਲ ਤਾਂ ਕਰਮਾਂ ਦਾ ਹੈ। ਸਵਾਸ ਸਵਾਸ ਤੇਰੀ ਬੰਦਗੀ ਤਾਂ ਹੋਵੇਗੀ ਜੇ ਤੇਰੇ ਕਰਮਾਂ ਵਿੱਚ ਨਿਰੰਕਾਰ ਦੀ ਯਾਦ ਟਿਕ ਜਾਏ ਕਿ ਰੱਬ ਨੂੰ, ਮੇਰੇ ਮਾਲਕ ਨੂੰ ਜੋ ਪਾਉਂਦਾ ਹੈ ਉਹ ਮੈਨੂੰ ਚੰਗਾ ਲੱਗਦਾ ਹੈ। ਜਿਸ ਦਿਨ ਤੂੰ ਆਪਣੇ ਕਰਮਾਂ ਵਿੱਚ ਬੰਦਗੀ ਟਿਕਾ ਲਏਗਾ ਨਾ, ਰੱਬ ਦੀ ਯਾਦ ਟਿਕਾ ਲਏਗਾ, ਫਿਰ ਜੀਵਨ ਦੇ ਹਰ ਪਲ ਅਤੇ ਈਵਨ ਮੌਤ ਦੇ ਆਖਰੀ ਸਵਾਸਾਂ ਤੱਕ ਵੀ ਤੂੰ ਉਸ ਮਾਲਕ ਦੀ ਮਰਜ਼ੀ 'ਤੇ ਨਿਰਭਰ ਹੋ ਜਾਏਗਾ, ਉਹ ਬੰਦਗੀ ਹੋਏਗੀ। ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੇ ਸਾਹ। ਫਿਰ ਅਗਲੇ ਪਾਸੇ ਇੱਕ ਹੋਰ ਰਮਜ਼ ਕਰਕੇ ਪਰੇਸ਼ਾਨੀ ਤੋਂ ਸਾਨੂੰ ਬਾਹਰ ਕੱਢਿਆ। ਕਹਿਣ ਲੱਗੇ ਦਿਲੋਂ ਦਿਲ ਵਿੱਚ ਯਾਦ ਰੱਖਣਾ ਕਿ ਸਭ ਕੁਝ ਉਹਦੇ ਹੁਕਮ ਵਿੱਚ ਕਰਨਾ। ਦਿਲ ਵਿੱਚ ਯਾਦ ਰੱਖਣਾ ਜੋ ਹੋ ਰਿਹਾ ਉਹਦੇ ਹੁਕਮ ਵਿੱਚ ਹੋ ਰਿਹਾ। ਕੀ ਸੰਸਾਰ ਦੇ ਮਨੁੱਖ ਇਹ ਕੁਝ ਦਿਖਾਵੇ ਮਾਤਰ ਨਹੀਂ ਕਰਦੇ? ਅਸੀਂ ਇੱਕ ਪਾਸੇ ਕਹਿੰਦੇ ਹਾਂ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ, ਕਿ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਸਾਨੂੰ ਕੋਈ ਦੁੱਖ ਹੁੰਦਾ ਸਾਡੇ ਮੂੰਹੋਂ ਹਾਇ ਨਹੀਂ ਨਿਕਲਦੀ, ਅਸੀਂ ਕਿਸੇ ਡਾਕਟਰ ਦੀ ਸ਼ਰਨ ਨਹੀਂ ਲੈਂਦੇ? ਕਹਿਣ ਲੱਗੇ ਨਾ ਆਪਣੇ ਵਿੱਚ ਭੁਲੇਖਾ ਰੱਖ ਨਾ ਕਿਸੇ 'ਚ ਰੱਖ, ਸਰੀਰ ਨੂੰ ਅਤੇ ਦਿਲ ਨੂੰ ਵੱਖ ਕਰ ਲੈ, ਤਨ ਅਤੇ ਮਨ ਨੂੰ ਵੱਖ ਕਰ ਲੈ। ਤਨ ਦੀਆਂ ਲੋੜਾਂ ਤੇਰੀਆਂ ਸੰਸਾਰ ਵਿੱਚ ਕੁਦਰਤ ਵਿੱਚ ਨੇ, ਅਤੇ ਮਨ ਦੀਆਂ ਲੋੜਾਂ, ਮਨ ਦੀ ਤੰਦਰੁਸਤੀ ਇਹ ਪ੍ਰਭੂ ਵਿੱਚ, ਮਾਲਕ ਵਿੱਚ, ਅਤੇ ਉਹਦੇ ਟਿਕਾਣੇ ਮਨ ਵਿੱਚ ਨੇ, ਉਹਦਾ ਟਿਕਾਣਾ ਹੈ ਉੱਥੇ ਬੈਠਾ ਹੈ। ਇਸੇ ਲਈ ਇੱਕ ਗੱਲ ਹੋਰ ਨਾਲ ਜੋੜ ਦਿੱਤੀ ਗੁਰਬਾਣੀ ਅੰਦਰ। ਕਹਿਣ ਲੱਗੇ ਦਿਲ ਮੈਂ ਕਪਟ ਨਮਾਜ਼ ਗੁਜ਼ਾਰੇ, ਦਿਲ ਵਿੱਚ ਕਪਟ ਹੋਵੇ, ਦਿਖਾਵਾ ਹੋਵੇ, ਦਿਖਾਵੇ ਮਾਤਰ ਅਸੀਂ ਗੁਰਦੁਆਰੇ ਇਸ ਲਈ ਜਾਂਦੇ ਹਾਂ ਕਈ ਵਾਰ ਵੀ ਉੱਥੇ ਬੈਠੇ ਸਾਨੂੰ ਇਹ ਮਹਿਸੂਸ, ਸਾਡੇ ਮਿੱਤਰਾਂ ਦੋਸਤਾਂ ਨੂੰ, ਸਾਡੀ ਬਰਾਦਰੀ ਨੂੰ, ਬੜਾ ਭਗਤ ਹੈ, ਬੜੀ ਚੰਗੀ ਜ਼ਿੰਦਗੀ ਵਾਲਾ, ਕਿਉਂਕਿ ਰੋਜ਼ ਤਾਂ ਗੁਰਦੁਆਰੇ ਮੱਥਾ ਚੱਕਣ ਜਾਂਦਾ। ਅਸੀਂ ਉੱਚੀ ਉੱਚੀ ਬਾਣੀਆਂ ਦੇ ਨਿਤਨੇਮ ਇਸ ਲਈ ਕਰੀਏ ਕਿ ਕਿਸੇ ਨੂੰ ਪਤਾ ਲੱਗ ਜਾਏ ਕਿ ਇਹ ਨਿਤਨੇਮੀ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜਦੋਂ ਅਸੀਂ ਸਵੇਰੇ ਉੱਠਦੇ ਹਾਂ ਕਈ ਵਾਰੀ ਗੁਆਂਢੀ ਦੀ ਬਾਰੀ ਵੱਲ ਦੇਖਦੇ ਹਾਂ ਇਹ ਜਾਗਿਆ ਕਿ ਨਹੀਂ ਜਾਗਿਆ। ਗੁਰੂ ਕਹਿਣ ਲੱਗੇ ਨਹੀਂ, ਜੋ ਦਿਲ ਮੈਂ ਕਪਟ ਨਮਾਜ਼ ਗੁਜ਼ਾਰੇ, ਕਿਆ ਹੱਜ ਕਾਬੇ ਜਾਏ। ਉਹ
उस बंदगी दा उस काबे जान दा उस मथा टेकन दा उस नमाज पढ़न दा की फायदा जे दिल नाल भी पढ़े ते दिल दे कपट तां पहलां धो लै। गुरु रमाणी अंदर एक लफ्ज़ होर आख्या मैं तुहानू साझे करा। गुरु कहन लगे नानक नाम खुदाए दा गुरबाणी दी तुक है। नानक नाम खुदाए दा दिल अच्छे मुख लियो। पहला दिल नू अच्छा कर साफ दिल कर। मैं जिवें उसने अर्ज की थी ना कि पहला घर साबत कर फिर घर नू दी सफाई भी कर। जदों मालिक ने रब ने रहना मैं एक बार बहुत हो शब्द आया सी जिंदे लफज सन कि मन परदेसी वे प्यारे आओ करे कर आ ते हर गुरु मिलावो मेरे प्यारे नाल कहते फिर गुरु मैनू मिला वो मेरा घर पहला साफ करे। गुरबाणी किस लई है साढ़े मन नू साफ करन लई साफ करन लई। गुरु द्वारे होए सोजी पाए सी एत द्वारे तोहे इत्थे धोण वास्ते आउणा है। गुरु दा दरवाजा धोण लई है अंदर साफ होवे किसे मैले मन नाल मैले दिल नाल किसे दिखावे दे दिल नाल भगती ना कीती जाए। कहन लगे एत द्वारे तोहे अच्छा होए सी ते फिर उस अच्छे साफ सुथरे ते साबत दिल विच रब प्रगट हुंदा है क्योंकि उस एहसास बन जांदा कि जो कुछ हो रहा मैं नहीं कर रहा मेरा मालिक कर रहा है मैं नहीं किछ हो नहीं किछ आहे ना मोरा। जिवें बाबा नामदेव कोलों पुछया ना सुल्तान ने कि दस तू अगे भी तो मरी हुई गऊ जिंदा की उन्हें आख्या हे सुल्तान विश्वास कर मैं कुछ नहीं हमरा किया कछु ना होए करह राम होए सो होए। दिल में कपट नमाज गुजारे क्या हज का बेजाया। इसलिए बहुत जरूरी है कि दिल अच्छे मुख लियो। अभी नाल शर्त ला दी कहन लगे बंदगी इवें नहीं करनी दिल नू पहला अच्छा करना साफ दिली नाल। कहन लगे नानक नाम खुदाए दा दिल अच्छे मुख लियो। अवर दिवाजे दुनी के जेडे असी झूठे अमल करने हैं दिखावे मात्र उन्हू झूठे अमल कहंदे ने वो तो दुनिया नू दिखान लई ने। नानक नाम खुदाए दा दिल अच्छे मुख लियो। अगले पासे लफ्ज़ ने अवर दिवाजे दुनी के झूठे अमल करे हो। इसलिए अज दे श्लोक विच बाबा कबीर जी ने एक गल आखी कहन लगे बंदगी कर ते बंदगी दा तरीका सिख लै जिहड़ा कुछ अज आप विचारिया है। जे इस ढंग नाल तू बंदगी नाल जुड़ेगा फिर विश्वास कर अंदर साई प्रगटेगा भाव एहसास हो जाएगा तैनू को कि कोई रब मेरी जिंदगी चला रहा है जिन्हें मैनु तन दिता है। जियो पिंड तन दया तन धन दिया दीने रस भोग। पहला उसने तन फिर आखोगे तन तो माता पिता ने पैदा किया मान लो ते गुरु कहिंदे ने जियो किने पैदा किया फिर जीव पा के तन नाल उन्हां दा आपस विच कनैक्शन जोड़ के साह चलदे किन्ने कीते हैं साह भी चलदे कीते तन ते बाद विच भी रहिंदा जे साह चले चले जाण तां। पर ये सारा कुछ अडंबर जिहड़ा है उहदे ते तैनूं भरोसा होवे इसे दा नाम बंदगी है। तैनू प्रभु याद होवे इसे दा नाम बंदगी है। ते बाबा कबीर जी ने आख्या जिस दिन तैनू इस किस्म दी बंदगी उंदी याद दी अपने कर्मां विच अपने आप नू उंदे अगे समर्पण करन दी बंदगी करनी आ गई फिर तैनू एहसास हो जाएगा रब कोई है दिल विच साई प्रगट हो जाएगा। यो गल बाबा कबीर जी ने आखी। ब
बंदगी अलौकी कर बंदगी 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 कबीर अलौकी कर बंदगी जिचर जय सिमरत दुख जा जय सिमरत दुख जा दिल में साई प्रकट कबीर अल्लाह की कर बंदगी अल्लाह की कर बंदगी कर बंदगी दिखावे दे कर्म कांड नूं ही अपनी बंदगी बनाई रखन वाले बड़े ने जड़ी वर्त रखन नूं बाबा कबीर जी दे इक शब्द जिंदे विचों कहंदे ने भलिया ब्रह्मण ग्यास करे चौबीसा काजी मैं रमजाना ब्रह्मण भी कहंदा मैं रब नूं चेते कर रहा क्योंकि चौबी अवतार एकादशियां दा व्रत रखना उंदी याद विच काजी भी आखदा मैं रमजान दे महीने पूरे विच रोजे रखना उंदी याद विच ते गुरु कहंदे ने बाबा कबीर कहंदे ने ग्यारह मास पास कर रख तू तां साल विच ग्यारह महीने एक पासे रख दिते ने एक विच ही रब नाल संबंध जोड़ रहा मैं कहना जिचर घट में सौ यारे मास पास कर रखे एक मैं निधाना अगले पास एक लफज कहंदे ने कहां उड़ीसा मज्जन की या कहां उड़ीसा मज्जन की या क्या मसीत सिर ना है उड़ीसा मज्जन तो भाव है तीर्थ यात्रा उड़ीसा दा सब तो श्रेष्ठ तीर्थ जगन्नाथपुरी है ना दा उत्थे जाके इशनान करना कहाँ उड़ीसा मज्जन किया क्या मसीत सिर नाए कह लगे जो दिल में कपट नमाज गुजारे क्या हज का बेचारे उड़ीसा जा मसीते जाना तो एक पासे रहा जे काबे दी मस्जिद भी चला जाए तो पर पहला एक गल सोची दिल अच्छे मुख लिया बंदगी अच्छे दिल नाल दिखावे तू परा हो के सास सास कर्मी बंदगी बन जाए फिर साईं प्रगट होएगा एहसास होएगा निरंकार मेरे अंदर है बाबा कबीर जी दे इन्हां शब्दां दा
ਅਸੀਂ ਆਪਣੇ ਮਨ ਵਿੱਚ ਵਸਾ ਕੇ ਚੇਤਾ ਕਰੀਏ। ਮੈਂ ਦੇਖਦਾ ਹੈਰਾਨ ਹੁੰਦਾ, ਹਰ ਸਲੋਕ ਅੰਦਰ ਕੋਈ ਬਖਸ਼ਿਸ਼ ਕਰ ਰਹੇ ਨੇ, ਅਸੀਂ ਉਸ ਬਖਸ਼ਿਸ਼ ਨੂੰ ਸੰਭਾਲੀਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੇਤਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।